ਮੋਦੀ ਨੇ ਤੇ ਪਹਿਲਾਂ ਕਾਂਗਰਸ ਨੇ ਐਗਰੀਕਲਚਰਲ ਖੇਤੀਬਾੜੀ ਦੀ ਇਕਨੋਮੀ ਬਿਲਕੁਲ ਤੋੜ ਕੇ ਰੱਖ ਦਿੱਤੀ ਹੈ ਤੇ ਸਾਨੂੰ ਖਸਾਰੇ ਬਣਾਉਣ ਦੇ ਤੌਰ ਦੇ ਉੱਤੇ ਇਹ ਚੱਲ ਪਏ ਹੈ ਨਾ ਤਾਂ ਬੱਬਰਾਂ ਨੇ ਕੀਤੀ ਨਾ ਫੈਡਰੇਸ਼ਨ ਨੇ ਕੀਤੀ ਨਾ ਕਿਸੇ ਤੇ ਇਹ ਤਾਂ ਮੇਰਾ ਖਿਆਲ ਸਾਰਾ ਅਮਰਜੀਤ ਸਿੰਘ ਹੈ ਇਹ ਅਮਰੀਕ ਸਿੰਘ ਉਹਨਾਂ ਨੂੰ ਪੁੱਛੋ ਮੈਨੂੰ ਨਹੀਂ ਸਮਝ ਆਉਂਦੀ ਕਿ ਉੱਥੇ ਖਾਲਿਸਤਾਨ ਤੇ ਇੱਥੇ ਆਮ ਆਦਮੀ ਪਾਰਟੀ ਹਾਂ ਕੁੱਟਣ ਮਾਰਨ ਦੇ ਨਾਲ ਤਾਂ ਨਹੀਂ ਕੁਛ ਹੋਗਾ ਨਾ ਤੁਸੀਂ ਇੱਥੇ ਵਕੀਲ ਆਪਣੇ ਨਾਮਜ਼ਦ ਕੀਤੇ ਹੈ ਨਾ ਕੁਛ ਕੀਤਾ ਹੋਇਆ ਹੈ ਐਵੇਂ ਲੋਕਾਂ ਨੂੰ ਇਸ ਤਰ੍ਹਾਂ ਇਹ ਕਰ ਦੇਣਾ ਤੇ ਫਿਰ ਮੈਂ ਨਹੀਂ ਇਹ ਸੋਚਦਾ।